ਸਤਿ ਸ੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ। ਹਜੇ ਮੈਂ ਤੁਹਾਨੂੰ ਕੱਲ੍ਹ ਹੀ ਦੱਸਿਆ ਸੀਗਾ ਕਿ ਲੈਟਰ ਜਿਹੜਾ ਉਹ ਜਾਰੀ ਕੀਤਾ ਗਿਆ ਆ ਪੰਜਾਬ ਸਬੋਰਡੀਨੇਟ ਸਰਵਿਸ ਬੋਰਡ ਨੂੰ ਕਿ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਕੱਢਿਆ ਜਾਵੇ। ਤਾਂ ਫਾਈਨਲੀ ਇਹ ਲੈਟਰ ਅਸੈਪਟ ਕੀਤਾ ਜਾ ਚੁੱਕਾ। ਮੈਂ ਤੁਹਾਨੂੰ ਦੱਸ ਦਿੰਦੀ ਪੂਰਾ ਅਪਡੇਟ ਕੀ ਆਇਆ ਹੋਇਆ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਤੁਸੀਂ ਚਾਹੁੰਦੇ ਹੋ ਹਰ ਵੈਕੈਂਸੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਔਰ ਦੱਸਣਾ ਚਾਹਾਂਗੇ ਪੰਜਾਬ ਦੇ ਵਿੱਚ 10-12 ਨਵੇਂ ਨੋਟੀਫਿਕੇਸ਼ਨ ਆਏ ਹੋਏ ਆ, ਜਿਹਦੇ ਵਿੱਚ ਤੁਹਾਡੀ ਲੋਕਲ ਗਵਰਨਮੈਂਟ ਦੀਆਂ ਅਲੱਗ ਵੈਕੈਂਸੀ ਆਈ ਹੋਈ ਆ, ਉਹ ਮੈਂ ਆਪਣੇ ਦੂਸਰੇ ਚੈਨਲ 'ਤੇ ਅਪਡੇਟ ਕਰਕੇ ਆਈ ਹਾਂ। ਇਸ ਚੈਨਲ ਦੇ ਹੋਮ ਪੇਜ 'ਤੇ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ, ਪੰਜਾਬ ਜੀਓਵੀਟੀ ਜੋਬਸ ਚੈਨਲ ਦਾ ਆਮਦੋ, ਠੀਕ ਹੈ। ਉਹਦਾ ਤੁਹਾਨੂੰ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਾ ਕੇ ਮਿਲ ਜੂਗਾ। ਔਰ ਜੋ ਪੰਜਾਬ ਪਟਵਾਰੀ ਦੀ ਵੈਕੈਂਸੀਜ਼ ਮੈਂ ਤੁਹਾਨੂੰ ਦੱਸੀਆਂ ਵਾਂ ਆ ਰਹੀਆਂ ਆ, ਉਹਦਾ ਵੀ ਤੁਹਾਨੂੰ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਉਸ ਵੀਡੀਓ ਨੂੰ ਜ਼ਰੂਰ ਇੱਕ ਵਾਰ ਚੈੱਕ ਕਰਨਾ। ਤੁਸੀਂ ਦੇਖ ਸਕਦੇ ਆਪਾਂ ਗਵਰਨਮੈਂਟ ਆਫ ਪੰਜਾਬ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਆ ਚੁੱਕੇ ਹਾਂ। ਇਹਨਾਂ ਨੇ 43 ਮਿੰਟ ਪਹਿਲਾਂ ਹੀ ਇਹ ਅਪਡੇਟ ਕੀਤਾ ਆ ਕਿ ਪੰਜਾਬ ਗਵਰਨਮੈਂਟ ਨੇ ਇਹ ਬੋਲਿਆ ਕਿ ਜਿਹੜਾ ਪ੍ਰੋਸੈਸ ਹੈ ਉਹ ਸਟਾਰਟ ਕੀਤਾ ਜਾ ਰਿਹਾ 1090 ਪਟਵਾਰੀ ਦੀ ਵੈਕੈਂਸੀਜ਼ ਦਾ। ਉੱਥੇ ਤੁਸੀਂ ਦੇਖ ਸਕਦੇ ਲਿਖਿਆ ਕਿ ਰੈਵਨਿਊ ਮਨਿਸਟਰ ਗੁਰਪ੍ਰੀਤ ਸਿੰਘ ਕਾਂਗੜ ਨੇ ਬੋਲਿਆ ਕਿ ਇਹ ਜਿਹੜੀਆਂ ਵੈਕੈਂਸੀਜ਼ ਹੈ ਇਹਦੇ ਵਿੱਚ 10,300 ਤੋਂ ਲੈ ਕੇ 34,800 ਪਲੱਸ 3200 ਜਿਹੜਾ ਉਹ ਗ੍ਰੇਡ 'ਤੇ ਰਹੇਗਾ। ਔਰ ਇਹਨੂੰ ਜਿਹੜਾ ਤਾਂ ਕੰਪਲੀਟ ਨੋਟੀਫਿਕੇਸ਼ਨ ਰਿਲੀਜ਼ ਕਰੇਗਾ ਉਹ ਪੰਜਾਬ ਸਬੋਰਡੀਨੇਟ ਬੋਰਡ ਕਰੇਗਾ। ਜਿੱਦਾਂ ਹੀ ਇਹਦਾ ਕੰਪਲੀਟ ਨੋਟੀਫਿਕੇਸ਼ਨ ਆਉਂਦਾ ਮੈਂ ਤੁਹਾਨੂੰ ਦੱਸਾਂਗੀ। ਔਰ ਜਦ ਤੱਕ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਪਾਵੇ। ਜਲਦੀ ਤੋਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।